ਦਿੱਲੀ ਦੇ ਜੰਤਰ ਮੰਤਰ ਦੇ ਧਰਨੇ ਤੇ ਬੈਠੇ ਭਲਵਾਨਾਂ ਦੇ ਸਮਰਥਨ ਲਈ ਹਰਿਆਣਾ ਦੇ ਕਰਨਾਲ, ਜੀਂਦ, ਕੈਥਲ, ਸੋਨੀਪਤ ਸਣੇ ਕਈ ਹੋਰ ਇਲਾਕਿਆਂ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ। ਦਿੱਲੀ ਦਾ ਜੰਤਰ ਮੰਤਰ ਜਿੱਥੇ ਬੀਤੀ ਰਾਤ ਤਮਗਾ ਜੇਤੂ ਖਿਡਾਰੀਆਂ ਅਤੇ ਪੁਲਿਸ ਵਿਚਾਲੇ ਹਾਈ ਵੋਲਟੇਜ ਡਰਾਮਾ ਹੋਇਆ ਤੇ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਜਾਣ ਦਾ ਐਲਾਨ ਕੀਤਾ। ਹਮ ਕਹਿਣਾ ਚਾਹਤੇ ਹੈ ਸਰਕਾਰ ਕੋ ਜੋ ਵਹਾਂ ਪਰ ਰਾਤ ਘਟਨਾ ਘਟੀ ਹੈ ਉਸਕੇ ਬਾਰੇ ਮੇਂ ਵੀ ਹਮ ਸਰਕਾਰ ਕੋ ਕਹਿਣਾ ਚਾਹਤੇ ਹੈ ਅਗਰ ਐਸੀ ਘਟਨਾ ਘਟੀ ਤੋ ਪੂਰਾ ਹਰਿਆਣਾ ਪੂਰੇ ਕਿਸਾਨ ਸਾਥੀ ਪੂਰੇ ਮਜ਼ਦੂਰ ਕੌਮ ਉਨ ਹਮਾਰੀ ਬਹਿਣ ਬੇਟੀਓ ਕੇ ਸਾਥ ਹੈ ਜਿਨ੍ਹੋਂਨੇ ਹਮਾਰੇ ਦੇਸ਼ ਕਾ ਪਰਚਮ ਪੂਰੀ ਦੁਨੀਆ ਕੇ ਅੰਦਰ ਫਹਿਰਾਇਆ ਹੈ। ਜਿਤਨੇ ਹਮਾਰੇ ਪਹਿਲਵਾਨ ਵਹਾਂ ਬੈਠੇ ਹੈ ਵੋ ਰਾਸ਼ਟਰ ਕਾ ਗੌਰਵ ਹੈ, ਉਨ੍ਹੋਂਨੇ ਆਪਣੀ ਮਿਹਨਤ ਸੇ ਦੇਸ਼ ਕਾ ਨਾਮ ਰੋਸ਼ਨ ਕੀਆ, ਦੇਸ਼ ਕਾ ਝੰਡਾ ਕੋ ਬੁਲੰਦ ਕੀਆ, ਇਤਨੀ ਪੂਰੀ ਤਾਕਤ ਕੇ ਸਾਥ ਗੋਲਡ ਲੈ ਕਰ ਕੇ ਆਏ ਰੈਸਲਿੰਗ ਮੇਂ ਤੋ ਔਰ ਇਸ ਤਰ੍ਹਾਂ ਕਾ ਉਨਕੇ ਦੁਆਰਾ ਜੋ ਸ਼ੋਸ਼ਣ ਹੁਆ ਹੈ ਉਸਕੇ ਜੋ ਆਰੋਪ ਗੰਭੀਰ ਜੋ ਲਗਾਏ ਗਏ ਹੈ ਉਨਕੀ ਜਾਂਚ ਹੋਣੀ ਚਾਹੀਏ, ਉਨਕੋ ਨਿਆਂ ਮਿਲਣਾ ਚਾਹੀਏ, ਬੇਹਦ ਜ਼ਰੂਰੀ ਹੈ। ਦਰਅਸਲ ਪਿਛਲੇ 11 ਦਿਨਾਂ ਤੋਂ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਰਾਸ਼ਟਰਮੰਡਲ ਖੇਡਾਂ ਤਮਗਾ ਜੇਤੂ ਵਿਨੇਸ਼ ਫੋਗਾਟ ਦੀ ਅਗਵਾਈ ਵਿੱਚ ਕਈ ਚੈਂਪੀਅਨ ਭਲਵਾਨਾਂ ਨੇ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਰਾਤ ਕਰੀਬ 10:30 ਵਜੇ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਾਕਸ਼ੀ ਮਲਿਕ ਨੇ ਇਲਜ਼ਾਮ ਲਗਾਇਆ, ਦੋ ਲੋਕਾਂ ਦੇ ਸਿਰ ਵੀ ਪਟ ਗਏ ਹਨ, ਬਹੁਤ ਮਾੜਾ ਵਤੀਰਾ ਹੋਇਆ ਹੈ, ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਾਡੇ ਸਮਰਥਨ ਵਿੱਚ ਆਉਣ, ਧੀਆਂ ਦੀ ਇੱਜ਼ਤ ਦੀ ਗੱਲ ਹੈ। ਦੁਸ਼ਯੰਤ ਕੋ ਚੋਟ ਲੱਗੀ ਹੈ, ਅਭੀ ਮੇਰੇ ਕੋ ਐਗਜੈਕਟਲੀ ਨਹੀਂ ਪਤਾ ਕੈਸੇ ਲੱਗੀ ਹੈ, ਲੇਕਿਨ ਉਸਕੋ ਯਹਾਂ ਸੇ ਕੱਟ ਲੱਗਿਆ, ਉਹ ਪੂਰਾ ਅੰਦਰ ਸੇ ਜਬ ਬਾਹਰ ਆਇਆ, ਹਮ ਤੋ ਅੰਦਰ ਬਾਹਰ ਹੀ ਥੇ ਤੋ ਉਸਕੋ ਪੂਰੇ ਫੇਸ ਪੇ ਬਲੀਡਿੰਗ ਹੋ ਰੱਖਾ ਥਾ, ਤੋ ਫਿਰ ਵੋ ਉਸਕੋ ਤੋ ਹੋਸਪਿਟਲ ਮੇਂ ਤਭੀ ਕੇ ਤਭੀ ਹਮਨੇ ਕਿਹਾ ਕਿ ਹੋਸਪਿਟਲ ਮੇਂ ਲੈ ਕੇ ਜਾਓ ਜਲਦੀ ਸੇ, ਕਿਉਂਕਿ ਇਤਨਾ ਸਿਰਫ ਫਟ ਗਿਆ ਹੈ ਤੋ ਕੋਈ ਦਿੱਕਤ ਨਾ ਬਢ ਜਾਏ। ਬੇਸਿਕਲੀ ਇਹ ਜੋ ਜੰਤਰ ਮੰਤਰ ਕੀ ਪ੍ਰੋਟੈਸਟ ਸਾਈਟ ਹੈ ਉਸਮੇਂ ਇਹ ਸੋਮਨਾਥ ਭਾਰਤੀ ਜੀ ਜੋ ਹੈ ਕੁਛ ਫੋਲਡਿੰਗ ਬੈਡਸ ਲੈ ਕੇ ਆਏ ਥੇ, तो क्योंकि परमिशन नहीं है और ये इसलिए वो फोल्डिंग बेड्स के लिए उन्हें मना किया गया। उसमें कुछ जो प्रोटेस्टिंग रेसलर्स के सपोर्टर्स हैं वो बैरिकेड पर आ गए और बेड्स लेने की निकालने की कोशिश की, उसमें थोड़ा गुत्थम गुत्था थोड़ा ऑल्टरकेशन टाइप हो गया। जंतर मंतर वाल नू जांदियां दोवें सड़कां दे अग्गे करीब 50 मीटर पहला बैरीगेट लगा दिते गए ने। ਬੁੱਧਵਾਰ ਦੇਰ ਰਾਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਉੱਥੇ ਤੈਨਾਤ ਕਰ ਦਿੱਤਾ ਗਿਆ ਹੈ। ਪੁਲਿਸ ਕਿਸੇ ਨੂੰ ਵੀ ਬੈਰੀਗੇਟਾਂ ਤੋਂ ਅੱਗੇ ਨਹੀਂ ਜਾਣ ਦੇ ਰਹੀ ਸੀ। ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਦੀਪਿੰਦਰ ਹੁੱਡਾ ਨੇ ਪ੍ਰਦਰਸ਼ਨ ਵਾਲੀ ਥਾਂ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। स्पष्ट रूप से कहा, स्पष्ट रूप से सबको कहा, मैं केवल एक आदमी जाना चाहता था, अपनी बेटियों का हालचाल पूछ के उनको हौसला देकर और सबसे शांति प्रिय रूप से रहने की अपील करके मैं आना चाहता था। मैंने केवल 5 मिनट का समय मांगा है कि मैं एक अकेला, इन्होंने कहा धारा 144 है, बिल्कुल मैं सम्मान करता हूं, मैं संवैधानिक पद पे, मैं एक सांसद हूं देश का, मैंने कहा कि मैं अपनी सिक्योरिटी भी छोड़ के चला जाऊंगा, मैं अकेला आदमी जाऊंगा। माननीय प्रधानमंत्री जी से कहना चाहूंगी कि हमारी ये देश की बेटियां जो आज जंतर मंतर पर 23 अप्रैल से धरना प्रदर्शन पे हैं और आने वाले ओलंपिक की भी तैयारियां कर रही हैं और इन बच्चियों ने अपनी अस्मत बचाने के लिए बेटियों के साथ हुए शोषण के खिलाफ जब आवाज़ उठाई है
तो उनको न्याय मिलना चाहिए। बार बार हमारे खिलाड़ियों से ही सवाल किया जा रहा है, बार बार उन्हीं से पूछा जा रहा है, और जिस व्यक्ति के ऊपर पॉक्सो एक्ट लगा हो वो आराम से मीडिया के अंदर इंटरव्यू दे रहा है, चैन की नींद सो रहा है, रात को बेटियां बारिश की वजह से उनके बिस्तर गीले हुए या वो कुछ बेड वगैरह कुछ लेकर आना चाह रहे थे, उन खिलाड़ियों के साथ पुलिस ने दुर्व्यवहार किया, मारपीट की, एक खिलाड़ी के सिर के ऊपर भी चोट आई, दो खिलाड़ियों के जो चोटें आई हैं वो एक गंभीर बात है कि हमारे गृह मंत्री जी को इसका संज्ञान लेना चाहिए कि पुलिस का दुर्व्यवहार इस तरीके से कैसे है। ਜੰਤਰ ਮੰਤਰ ਤੇ ਇਕੱਠੇ ਹੋਏ ਪਹਿਲਵਾਨ ਭਾਰਤੀ ਕੁਸ਼ਤੀ ਸੰਘ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ। ਦਿੱਲੀ ਪੁਲਿਸ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬ੍ਰਿਜ ਭੂਸ਼ਣ ਖਿਲਾਫ਼ 2 FIR ਦਰਜ ਕੀਤੀਆਂ ਨੇ। ਹਾਲਾਂਕਿ ਬ੍ਰਿਜ ਭੂਸ਼ਣ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੇ ਰਹੇ ਨੇ।